ਵੈਲਕਮ ਟੂ ਆਲ ਆਫ ਦਿਸ ਸਵਾਗਤ ਤੁਹਾਡੇ ਆਪਣੇ ਚੈਨਲ ਐਬਸ ਡਬਲਯੂ ਸਟੱਡੀ ਦੇ ਵਿੱਚ ਔਰ ਗੱਲ ਕਰਾਂਗੇ ਪੰਜਾਬ ਦੇ ਵਿੱਚ ਕੁਝ ਹੋਰ ਨਵੀਆਂ ਸਾਮੀਆਂ ਮਾਨ ਸਰਕਾਰ ਦੇ ਵੱਲੋਂ ਜਿਹੜੀ ਵਾਅਦੇ ਕੀਤੇ ਗਏ ਸੀ ਉਹਨਾਂ ਨੂੰ ਪੂਰਾ ਕਰਦੇ ਹੋਏ ਮਾਨ ਸਰਕਾਰ ਵੱਲੋਂ ਸਾਮੀਆਂ ਜਿਹੜੀਆਂ 735 ਸਾਮੀਆਂ ਕੱਢੀਆਂ ਗਈਆਂ ਕਲਰਕ ਆਈਟੀ ਕਲਰਕ ਕਲਰਕ ਲੇਖਾ ਔਰ ਇਸ ਪੋਸਟ ਦੀ ਇੱਕ ਇੱਕ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਐਂਡ ਤੱਕ ਪਤਾ ਚੱਲ ਜਾਏਗੀ ਔਰ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਸੈਟੀਸਫਾਈਡ ਹੋਗੇ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਦਿਓ ਨਹੀਂ ਇਸ ਵੀਡੀਓ ਨੂੰ ਡਿਸਲਾਈਕ ਕਰਕੇ ਚਲੇ ਜਾਓ ਔਰ ਤੁਹਾਨੂੰ ਇੱਕ ਇੱਕ ਚੀਜ਼ ਜਿਹੜੀ ਪੋਸਟ ਕਿਵੇਂ ਭਰੀ ਜਾਂਦੀ ਹੈ ਔਰ ਪੋਸਟ ਲਈ ਕੀ ਲੀਜ਼ਿਬਿਲਟੀ ਹੈ ਪਲੱਸ 2 ਦਸਵੀਂ ਵੈਂਚੂਲਰ ਡਿਗਰੀ ਕਿਸ ਸਟਰੀਮ ਦੇ ਵਿੱਚ ਕੌਣ ਪੜ ਸਕਦਾ ਲਾਸਟ ਡੇਟ ਕਿੰਨੀ ਹੈ ਫੀਸ ਕਿੰਨੀ ਹੈ ਏਜ ਉਮਰ ਹੱਦ ਕੈਟਾਗਰੀ ਵਾਈਜ਼ ਕਿੰਨੀ ਹੈ ਕੈਟਾਗਰੀ ਵਾਈਜ਼ ਸਾਮੀਆਂ ਕਿੰਨੀਆਂ ਹੈ ਕਿਸ ਡਿਪਾਰਟਮੈਂਟ ਦੇ ਵਿੱਚ ਇਸ ਏਜੰਸੀ ਟ੍ਰਿਪਲ ਵੀਐਸ ਵੱਲੋਂ ਜਿਹੜਾ ਪੋਸਟਾਂ ਭਰੀਆਂ ਜਾ ਰਹੀਆਂ ਸਭ ਕੁਝ ਜਿਹੜਾ ਤੁਹਾਨੂੰ ਇੱਕ ਇੱਕ ਚੀਜ਼ ਨੋਟ ਕਰਾਈ ਗਈ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਮੀ ਨਹੀਂ ਹੋਏਗੀ ਔਰ ਚੈਨਲ ਤੇ ਫਸਟ ਟਾਈਮ ਪੋਸਟ ਕਰਦੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੈਲ ਆਈਕਨ ਦਾ ਬਟਨ ਦਬਲੋ ਔਰ ਪੰਜਾਬ ਦੇ ਵਿੱਚ ਵੇਰਜ਼ਗਰੀ ਨੂੰ ਇਸ ਸਰਕਾਰ ਦੇ ਵਿੱਚ ਇੱਕ ਵੱਡਾ ਜਿਹੜਾ ਖਤਮ ਕਰਨ ਦਾ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਔਰ ਦੇਖਦੇ ਆ ਕਿ ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਪੋਸਟ ਤੋਂ ਦੱਸ ਦਿੱਤੀਆਂ ਤਿੰਨ ਤਰ੍ਹਾਂ ਦੀਆਂ ਪੋਸਟਾਂ ਨੇ ਔਰ ਜਿਹਦੇ ਵਿੱਚ ਸਭ ਤੋਂ ਪਹਿਲੀ ਪੋਸਟ ਹੈਗੀ ਆ ਤੁਸੀਂ ਦੇਖਸੋ 704 ਪੋਸਟਾਂ ਜਿਹੜੇ ਕਲਰਕ ਦੀਆਂ ਨੇ ਆਈਟੀ ਕਲਰਕ ਦੀਆਂ 10 ਅਕਾਉਂਟੈਂਟ ਜਿਹਨੂੰ ਕਲਰਕ ਲੇਖਾ ਬੋਲਦੇ ਐ ਇਸ ਦੀਆਂ ਪੋਸਟਾਂ ਹੈਗੀਆਂ 21 ਸਭ ਤੋਂ ਪਹਿਲੀ ਜਿਹੜੀ ਪੋਸਟ ਹੈ 704 ਪੋਸਟ ਕਲਰਕ ਦੀ ਤਾਂ ਇਹ ਪੋਸਟ ਦੀ ਜੇਕਰ ਆਪਾਂ ਗਿਣਤੀ ਦੀ ਗੱਲ ਕਰੀਏ ਕਲਰਕ ਦੀ ਪੋਸਟ ਦੀ ਵੱਖ-ਵੱਖ ਡਿਪਾਰਟਮੈਂਟ ਜਿਹੜੇ ਕਲਰਕ ਚਾਹੀਦੇ ਨੇ ਤਾਂ 250 ਕਲਰਕ ਚਾਹੀਦੇ ਨੇ ਦਫ਼ਤਰ ਸਿੱਖਿਆ ਡਾਇਰੈਕਟਰ ਵਿਭਾਗ ਦੇ ਵਿੱਚ ਚਾਹੀਦਾ ਕਹਿੰਦਾ ਮਤਲਬ ਵੀ ਸਿੱਖਿਆ ਭਾਗ ਦੇ ਵਿੱਚ 250 ਕਲਰਕਾਂ ਦੀ ਲੋੜ ਹੈਗੀ ਹੈ ਕੈਟਾਗਰੀ ਵਾਈਜ਼ ਇੱਥੇ ਵੰਡ ਕੀਤੀ ਗਈ ਹੈ ਇਸ ਨੂੰ ਵੀਡੀਓ ਨੂੰ ਪੋਜ਼ ਕਰਕੇ ਤੁਸੀਂ ਐਸਸੀ ਬੀਸੀ ਜਰਨਲ ਐਸਸੀ ਜਰਨਲ ਮੰਨ ਲਓ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਹੈਗੀਆਂ ਨੇ ਇਹ ਐਮ ਬੀ ਆਰ ਓ ਠੀਕ ਹੈ ਇਹ ਸਾਰੀਆਂ ਚੀਜ਼ਾਂ ਤੁਸੀਂ ਇੱਥੋਂ ਦੇਖ ਸਕਦੇ ਹੋ ਔਰ ਇੱਥੇ ਐਸਸੀ ਬੀਸੀ ਜਰਨਲ ਜਿਹੜੀ ਐਕਸ ਸਰਵਿਸਮੈਨ ਦੀ ਇੱਥੇ ਸਪੋਰਟਸ ਦੀ ਹੈ ਔਰ ਇੱਥੇ ਆਮ ਜਿਹੜੀ ਜਰਨਲ ਐਸਸੀ ਬੀਸੀ ਦੀ ਕੈਟਾਗਰੀ ਵਾਜ਼ ਪੋਸਟਾਂ ਰੱਖੀਆਂ ਗਈਆਂ ਇਹ ਪੋਸਟਾਂ ਤੁਸੀਂ 250 ਪੋਸਟਾਂ ਹੈਗੀਆਂ ਇਹ ਸਾਰੀਆਂ ਪੋਸਟਾਂ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਮਾਫ ਕਰਨਾ ਥੋੜਾ ਜਿਹਾ ਸਾਰੀਆਂ ਪੋਸਟਾਂ ਇੱਥੇ ਤੁਸੀਂ ਦੇਖ ਸਕਦੇ ਹੋ ਅਗਲੀ ਪੋਸਟ ਜਿਹੜੀ ਕਲਰਕ ਦੀ ਹੈਗੀ ਹੈ ਉਹ ਡਾਇਰੈਕਟਰ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਪਾਲਸ ਭਾਗ ਜਿਹੜਾ ਉਸ ਦੇ ਵਿੱਚ ਪੋਸਟ ਹੈਗੀ ਹੈ ਤਾਂ ਇਹ ਪੋਸਟ ਦੀ ਜੇਕਰ ਗਿਣਤੀ ਲਿਖੀਏ 55 ਪੋਸਟਾਂ ਟੋਟਲ ਠੀਕ ਹੈ ਇਹਨਾਂ ਪੋਸਟਾਂ ਦੀ ਵੀ ਜਿਹੜੀ ਤੁਸੀਂ ਕੈਟਾਗਰੀ ਵਾਸ ਬੰਡ ਦੇਖ ਸਕਦੇ ਹੋ ਵੀਡੀਓ ਨੂੰ ਪੋਜ਼ ਕਰਕੇ ਅਗਲੀ ਪੋਸਟ ਹੈ ਭਾਸ਼ਾ ਭਾਗ ਪੰਜਾਬ ਦੇ ਵਿੱਚ ਭਾਸ਼ਾ ਭਾਗ ਪੰਜਾਬ ਦੇ ਵਿੱਚ ਪੋਸਟ ਹੈ ਕਲਰਕ ਦੀ 9 ਪੋਸਟਾਂ ਦੇ ਕੋਲ ਠੀਕ ਹੈ ਅਗਲੀ ਪੋਸਟ ਹੈਗੀ ਹੈ ਟਰੈਕਟਰ ਨਗਰ ਅਤੇ ಗ್ರಾಮ ਪੰਚਾਇਤ ਯੋਜਨਾ ਭਾਗ ਦੇ ਵਿੱਚ ਪੋਸਟ ਹੈ ਪੋਸਟ ਕਿੰਨੀ ਹੈ ਸਿਰਫ ਇੱਕ ਹੀ ਪੋਸਟ ਹੈ ਅਗਲੀ ਪੋਸਟ ਹੈ ਦਫਤਰ ਮੁਖ ਚੋਣ ਅਫਸਰ ਪੰਜਾਬ ਪੰਜਾਬ ਦਾ ਜਿਹੜਾ ਮੁਖ ਚੋਣ ਅਫਸਰ ਹੈ ਠੀਕ ਹੈ ਉਸ ਦੇ ਦਫਤਰ ਦੇ ਵਿੱਚ ਪੋਸਟ ਦੀ ਜਿਹੜਾ ਜ਼ਰੂਰਤ ਹੈਗੀ ਹੈ 101 ਪੋਸਟਾਂ ਜਿਹੜੀਆਂ ਉੱਥੇ ਰੱਖੀਆਂ ਜਾਣੀਆਂ ਨੇ ਠੀਕ ਹੈ ਤਾਂ ਇਸ ਪੋਸਟ ਨੂੰ ਤੁਸੀਂ ਵੀ ਅਪਲਾਈ ਹੋਵੋਗੇ ਇਸ ਪੋਸਟ ਲਈ ਤੁਸੀਂ ਐਲੀਜੀਬਲ ਹੋਵੋਗੇ ਜੇਕਰ ਤੁਹਾਡੇ ਕੋਲ ਲੋੜੀਂਦੀ ਯੋਗਤਾ ਹੈ ਕੀ ਹੈ ਉਹ ਅੱਗੇ ਦੱਸਾਂਗੇ ਵੀਡੀਓ ਦੇ ਐਂਡ ਤੱਕ ਸੁਣਦੇ ਜਾਓ ਅਗਲੀ ਪੋਸਟ ਹੈ ਦਫ਼ਤਰ ਆਬਕਾਰੀ ਤੇ ਕਾਰ ਕਮਿਸ਼ਨ ਪੰਜਾਬ ਪਟਿਆਲਾ ਦੇ ਵਿੱਚ ਠੀਕ ਹੈ ਤਾਂ ਇਹ ਪੋਸਟ ਹੈ 16 ਪੋਸਟਾਂ ਟੋਟਲ ਗਿਣਤੀ ਦੇ ਵਿੱਚ ਨੈਕਸਟ ਨੈਕਸਟ ਜਿਹੜੀ ਪੋਸਟ ਹੈ ਪਹਿਲਾਂ ਇਹ ਪੋਸਟਾਂ ਸੁਣ ਲਓ ਦਫ਼ਤਰ ਆਬਕਾਰੀ ਕਰ ਭਾਗ ਪੰਜਾਬ ਪਟਿਆਲਾ ਦੇ ਵਿੱਚ ਇੱਕ ਹੋਰ ਇਹਨਾਂ ਨੇ ਨੋਟੀਫਿਕੇਸ਼ਨ ਅਲੱਗ ਤੋਂ ਦਿੱਤੀ ਗਈ ਪੋਸਟ ਹੈਗੀ ਹੈ ਤਾਂ ਇਹ ਪੋਸਟ ਹੈਗੀ ਹੈ 76 ਪੋਸਟਾਂ ਠੀਕ ਹੈ 76 ਪੋਸਟਾਂ ਦੇਖਦੇ ਨੇ ਨੈਕਸਟ ਅੱਗੇ ਡੈਰੀ ਭਾਗ ਦੇ ਵਿੱਚ ਪੋਸਟਾਂ ਹੈਗੀਆਂ ਨੇ ਜੇਕਰ ਪੋਸਟਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਦੋ ਪੋਸਟਾਂ ਨੇ ਉਸ ਤੋਂ ਬਾਅਦ ਸਮਾਜਿਕ ਨਿਆ ਅਤੇ ਅਧਿਕਾਰਤਾ ਤੇ ਘਟ ਗਿਣਤੀ ਭਾਗ ਦੇ ਵਿੱਚ ਪੋਸਟਾਂ ਹੈਗੀਆਂ ਟੋਟਲ ਪੋਸਟਾਂ ਦੀ ਗੱਲ ਕੀਤੀ ਹੈ ਤਾਂ ਪੋਸਟਾਂ ਹੈਗੀਆਂ 29 ਕਾਫੀ ਗਿਣਤੀ ਹੈ ਹੈਗੀ ਹੈ ਚਲੋ ਜੀ ਅਗਲੀ ਪੋਸਟ ਟਰੈਕਟੋਰੇਟ ਪਸ਼ੂ ਪਾਲਣ ਭਾਗ ਪੰਜਾਬ ਦੇ ਵਿੱਚ ਪੋਸਟਾਂ ਤਾਂ ਇਹ ਜਿੰਨੀਆਂ ਵੀ ਪੋਸਟਾਂ ਹੈਗੀਆਂ ਵਕਫਾ ਦੇ ਡਿਪਾਰਟਮੈਂਟ ਚ ਇਹਨਾਂ ਦੀ ਸਾਰੇ ਦੀ ਕੁਆਲਿਫੀਕੇਸ਼ਨ ਸੇਮ ਨਹੀਂ ਕਿ ਤੁਸੀਂ 10ਵੀਂ ਪਾਸ ਹੋ ਜਾਂ ਪਲੱਸ 2 ਪਾਸ ਹੋ ਹਰੇਕ ਦੀ ਜੀ ਕੁਆਲਿਫੀਕੇਸ਼ਨ ਦਾ ਡਿਫਰੈਂਸ ਹੈ ਤਾਂ ਉਹ ਵੀ ਅੱਗੇ ਦੱਸਦਾ ਤੁਹਾਨੂੰ ਕਿਸ ਦੇ ਵਿੱਚ ਕੀ ਚਾਹੀਦਾ ਚਲੋ ਜੀ ਪਸ਼ੂ ਪਾਲਣ ਭਾਗ ਦੀ ਜਿਹੜੀ ਪੋਸਟ ਹੈਗੀ ਹੈ 12 ਪੋਸਟਾਂ ਔਰ ਉਸ ਤੋਂ ਬਾਅਦ ਵਿੱਤ ਭਾਗ ਖਜ਼ਾਨਾ ਲੇਖਾ ਸਾਖਾ ਪੰਜਾਬ ਸਰਕਾਰ ਵੱਲੋਂ ਪੋਸਟ ਹੈਗੀ ਹੈ 101 ਪੋਸਟਾਂ ਹੈਗੀਆਂ ਅਗਲੀ ਪੋਸਟ ਹੈ ਡਾਇਰੈਕਟਰ ਪੌਨ ਕਾਰ ਭੂਮੀਦਾਰ ਕਾਰ ਰੱਖਣ ਲਈ ਜਲੰਧ ਪੰਜਾਬ ਜਲੰਧਰ ਦੇ ਵਿੱਚ ਜਿਹੜੀ ਪੋਸਟ ਰੱਖੀ ਗਈ ਹੈ ਚਾਰ ਪੋਸਟ ਹੈ ਅਗਲੀ ਪੋਸਟ ਹੈਗੀ ਹੈ ਮਾਲ ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਭਾਗ ਦੇ ਵਿੱਚ ਪੋਸਟ ਹੈਗੀ ਹੈ ਤਾਂ ਇਹ ਪੋਸਟ ਹੈਗੀਆਂ ਟੋਟਲ 42 ਅਗਲੀ ਪੋਸਟ ਹੈ ਪੰਜਾਬ ਬਿਜਲੀ ਇੰਸਪੈਕਟਰੋ ਪੱਤਰ ਦੇ ਅਧੀਨ ਜਿਹੜੀ ਪੋਸਟ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਪੰਜਾਬ ਬਿਲੀ ਵਿੱਚ ਇੰਸਪੈਕਟਰ ਦੀ ਪੋਸਟ ਹੈਗੀ ਹੈ ਪੋਸਟ ਹੈਗੀ ਹੈ 6 ਕਲਰਕ ਦੀਆਂ ਪੋਸਟਾਂ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ 704 ਪੋਸਟਾਂ ਨੇ ਤੁਸੀਂ ਜਦੋਂ ਇਸ ਦਾ ਐਗਜ਼ਾਮ ਦਿਓਗੇ ਤਾਂ ਇਸ ਦੇ ਵਿੱਚ ਕਿਸੇ ਵੀ ਡਿਪਾਰਟਮੈਂਟ ਲਈ ਤੁਸੀਂ एलिਜੀਬਲ ਹੋ ਸਕਦੇ ਹੋ ਅਗਲੀ ਪੋਸਟ ਨੈਕਸਟ ਕਲਰਕ ਆਈਟੀ ਕਲਰਕ ਆਈਟੀ ਇਨਫੋਰਮੇਸ਼ਨ ਟੈਕਨੋਲੋਜੀਸ ਨੂੰ ਬੋਲਦੇ ਆ ਤਾਂ ਇਸ ਦੇ ਵਿੱਚ ਪੋਸਟਾਂ ਹੈਗੀਆਂ ਤਾਂ ਇਹ ਪੋਸਟਾਂ ਡੈਰੀ ਭਾਗ ਦੇ ਵਿੱਚ ਦਿੱਤੀਆਂ ਗਈਆਂ ਨੇ ਕੁਝ ਪੋਸਟ ਇਸ ਕਲਰਕ ਆਈਟੀ ਦੀਆਂ ਤਾਂ ਉਹ ਕਿੰਨੀਆਂ ਨੇ ਚਾਰ ਪੋਸਟਾਂ ਨੇ ਡੈਰੀ ਭਾਗ ਦੇ ਵਿੱਚ ਅੱਗੇ ਦਫ਼ਤਰ ਆਪਦਾਰੀ ਤੇ ਕਾਰ ਕਮਿਸ਼ਨ ਪੰਜਾਬ ਦੇ ਵੱਲੋਂ ਜਿਹੜੀ ਪੋਸਟ ਹੈ 6 ਪੋਸਟਾਂ ਦਿੱਤੀਆਂ ਗਈਆਂ ਨੇ ਇਹਦੇ ਵਿੱਚ आईटी ਦੇ ਵਿੱਚ ਕਲਰਕ ਆਈਟੀ ਦੇ ਵਿੱਚ ਟੋਟਲੇ 10 ਪੋਸਟਾਂ ਹੀ ਹੈਗੀਆਂ ਨੇ ਅਗਲੀ ਪੋਸਟ ਅ ਕਲਰਕ ਅ ਅਕਾਊਂਟੈਂਟਸ ਅਕਾਊਂਟੈਂਟਸ ਦੀ ਪੋਸਟ ਹੈਗੀ ਹੈ ਤਾਂ ਇਹ ਕਿਹੜੀ ਪੋਸਟਾਂ ਤੁਸੀਂ ਦੇਖ ਸਕਦੇ ਹੋ ਇਹ ਪੋਸਟ ਕਿਹੜੇ ਡਿਪਾਰਟਮੈਂਟ ਚ ਖਾਲੀ ਪਈਆਂ ਨੇ ਕਿੱਥੇ ਜਿਹੜੀਆਂ ਅਸਾਮੀਆਂ ਭਰੀਆਂ ਨੇ ਵਿਗਿਆਨ ਤਕਨੀਕ ਅਤੇ ਵਾਤਾਵਰਣ ਭਾਗ ਦੇ ਵਿੱਚ ਪੋਸਟ ਹੈਗੀ ਹੈ ਪੋਸਟ ਹੈਗੀਆਂ 15 ਔਰ ਅਗਲੀ ਪੋਸਟ ਹੈਗੀ ਹੈ ਦਫਤਰ ਆਬਕਾਰੀ ਤੇ ਕਰ ਕਮਿਸ਼ਨ ਪੰਜਾਬ ਦੇ ਵਿੱਚ ਆਈਟੀ ਕਲਰਕ ਦੀ ਹੈ ਉਹ ਪਹਿਲਾਂ ਨਹੀਂ ਇਕੱਲੇ ਕਲਰਕ ਦੀ ਸੀ ਇਹ ਆਈਟੀ ਕਲਰਕ ਦੀ ਹੈ ਇੱਥੇ ਡਿਫਰੈਂਸ ਹੈ ਤਾਂ ਇਹ ਪੋਸਟਾਂ ਹੈਗੀਆਂ 6 ਹੁਣ ਇੱਕ ਚੀਜ਼ ਹੈ ਕਿ ਜਿਹੜੀ ਇਹ ਪੋਸਟ ਨੂੰ ਮਤਲਬ ਆਬਕਾਰ ਦਫਤਰ ਆਬਕਾਰੀ ਤੇ ਕਰ ਕਮਿਸ਼ਨ ਪੰਜਾਬ ਤੇ ਜਿਹੜੀ ਇਸ ਤੋਂ ਪਹਿਲੀ ਪੋਸਟ ਸੀ ਇਹ ਸੇਮ ਕਲਰਕ ਦੇ ਵਿੱਚ ਤਾਂ ਇਹ ਪੋਸਟਾਂ ਇੱਕ ਹੀ ਕੁਆਲਿਫੀਕੇਸ਼ਨ ਤੇ ਲਗਭਗ ਭਰੀਆਂ ਜਾਣਗੀਆਂ ਹੁਣ ਆਪਾਂ ਗੱਲ ਕਰ ਲਈ ਤੇ ਇਹਨਾਂ ਪੋਸਟਾਂ ਲਈ ਸਭ ਤੋਂ ਜ਼ਰੂਰੀ ਗੱਲਾਂ ਤੇ ਇਹ ਪੋਸਟਾਂ ਵਧਾਈਆਂ ਘਟਾਈਆਂ ਜਾ ਸਕਦੀਆਂ ਨੇ ਜੇਕਰ ਡਿਪਾਰਟਮੈਂਟ ਦੇ ਵਿੱਚ ਹੋਰ ਪੋਸਟਾਂ ਦੀ ਮੰਗ ਆਉਂਦੀ ਹੈ ਠੀਕ ਹੈ ਤੇ ਇਹਨਾਂ ਪੋਸਟਾਂ ਨੂੰ ਵਾਪਸ ਵੀ ਲਿਆ ਜਾ ਸਕਦਾ ਭਾਗ ਦੇ ਵੱਲੋਂ ਤੇ ਇਹਨਾਂ ਵਿੱਚ ਸੋਧ ਵੀ ਕੀਤੀ ਜਾ ਸਕਦੀ ਹੈ ਚਲੋ ਜੀ ਅੱਗੇ ਸਾਬਕਾ ਫੌਜੀ ਜਿਹੜੀ ਕੈਟਾਗਰੀ ਦੇ ਉਮੀਦਵਾਰ ਹੁੰਦੇ ਆ ਤਾਂ ਉਹ ਖੁਦ ਜੇ ਖੁਦ ਹੈਗੇ ਆ ਤਾਂ ਖੁਦ ਵੀ ਭਰ ਸਕਦੇ ਜੇਕਰ ਉਹਨਾਂ ਦਾ ਕੋਈ ਡਿਪੈਂਡਡ ਅੱਗੇ ਵਿਅਕਤੀ ਹੈਗਾ ਤਾਂ ਉਹ ਵੀ ਭਰ ਸਕਦਾ ਇਹਨਾਂ ਪੋਸਟਾਂ ਲਈ ਠੀਕ ਹੈ ਜੀ ਪਹਿਲ ਦਿੱਤੀ ਜਾਏਗੀ ਖੁਦ ਸੈਲਫ ਨੂੰ ਠੀਕ ਹੈ ਤਾਂ ਬਾਅਦ ਵਿੱਚ ਜੇਕਰ ਸੈਲਫ ਨਹੀਂ ਹੈ ਤਾਂ ਉਸ ਤੋਂ ਬਾਅਦ ਪੋਸਟ ਹੋਗੀ ਡਿਪੈਂਡਡ ਵਿਅਕਤੀ ਤੇ ਚਲੋ ਅਗਲੀ ਉਮੀਦਵਾਰ ਭਾਗਾਂ ਦੀ ਪ੍ਰਫਰੈਂਸ ਆਨਲਾਈਨ ਫਾਰਮ ਵਿੱਚ ਹੀ ਭਰਨਗੇ ਕਹਿੰਦਾ ਮਤਲਬ ਵੀ ਆਨਲਾਈਨ ਫਾਰਮ ਦੇ ਵਿੱਚ ਤੁਸੀਂ ਉੱਥੇ ਸਿਲੈਕਟ ਕਰੋਗੇ ਕਿ ਤੁਸੀਂ ਕਿਹੜੇ ਡਿਪਾਰਟਮੈਂਟ ਵਿੱਚ ਪੋਸਟ ਭਰ ਰਹੇ ਹੋ ਠੀਕ ਹੈ ਉੱਥੇ ਤੁਸੀਂ ਪ੍ਰਫਰੈਂਸ ਦਿਓਗੇ ਕਿ ਤੁਸੀਂ ਉੱਥੇ ਪ੍ਰਫਰੈਂਸ ਦੇ ਵਿੱਚ ਪਤਾ ਲੱਗੇਗਾ ਕਿ ਤੁਸੀਂ ਕਿੰਨੀਆਂ ਪੋਸਟਾਂ ਨੂੰ ਟਿਕ ਕਰ ਰਹੇ ਹੋ ਉੱਥੇ ਕਿਹੜੇ ਕਿਹੜੇ ਡਿਪਾਰਟਮੈਂਟ ਨੂੰ ਟਿਕ ਕਰ ਰਹੇ ਹੋ ਠੀਕ ਹੈ ਇਹ ਆਨਲਾਈਨ ਕਰਨ ਤੇ ਹੀ ਆਪਾਂ ਨੂੰ ਪਤਾ ਚੱਲੇਗਾ ਜਦੋਂ ਆਨਲਾਈਨ ਕਰਾਂਗੇ ਇਹ ਕੈਟਾਗਰੀਜ਼ ਕੋਡ ਲਿਖੇ ਗਏ ਇਹ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਇਸ ਦੇ ਵਿੱਚ ਹੁਣ ਗੱਲ ਹੈ ਤਨਖਾਹ ਇੱਥੇ ਇੱਕ ਚੀਜ਼ ਦੇਖਣੀ ਹੈ ਪਹਿਲਾਂ ਵਾਲੀਆਂ ਸਰਕਾਰਾਂ ਦੇ ਨਾਲ ਇੱਥੇ ਇੱਕ ਅਲੱਗ ਤੋਂ ਤਰੀਕਾ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਜਿਹੜੀ ਮੁੱਢਲੀ ਤਨਖਾਹ ਉਹ 19990 ਮਿਲੇਗੀ ਪਹਿਲਾਂ ਲਿਖੀ ਹੁੰਦੀ ਸੀ ਕਿ 10000 ਕੁਝ ਮਿਲੇਗੀ 10300 500 ਇਹ ਹੁੰਦਾ ਸੀ ਕਿ ਤਿੰਨ ਸਾਲ ਇਹ ਹੋਏਗੀ ਪਰ ਇੱਥੇ ਇਹਨਾਂ ਨੇ ਲਿਖਿਆ ਕਿ ਮੁੱਢਲੀ ਤਨਖਾਹ ਹੀ ਠੀਕ ਹੈ ਲੈਵਲ 2 ਤੋਂ ਇਲਾਵਾ ਇਸ ਸਕੇਲ ਦੇ ਸਨਮੁਖ ਹੋਰ ਪੱਤੇ ਵੀ ਦਿੱਤੇ ਜਾਣਗੇ ਸਬੰਧ ਭਾਗ ਨੇ ਜਿਹੜਾ ਇਹ ਨੋਟਿਸ ਜਾਰੀ ਕੀਤਾ ਹੈਗਾ ਚਲੋ ਜੀ ਵਿਦਿਆਖੋਜਤਾ ਦੀ ਗੱਲ ਕਰ ਲਈਏ ਕਲਰਕ ਜਿਹੜੀ ਕੱਲੀ ਪੋਸਟਾ ਕਲਰਕ ਦੀ ਤਾਂ ਇਹਦੇ ਵਿੱਚ ਤੁਹਾਡੇ ਕੋਲੇ ਬੈਂਚੂਲਰ ਡਿਗਰੀ ਕਹਿਣ ਦਾ ਮਤਲਬ ਹੈ ਤੁਸੀਂ ਬੀਏ ਪਾਸ ਹੋਣੀ ਚਾਹੀਦੇ ਹੋ ਇਸ ਦੇ ਨਾਲ ਜੇਕਰ ਤੁਹਾਡੀ ਕਲਰਕ ਦੀ ਕੋਈ ਵੀ ਪੋਸਟ ਤੁਸੀਂ ਕਿਸੇ ਵੀ ਡਿਪਾਰਟਮੈਂਟ ਵਿੱਚ ਭਰਨਾ ਚਾਹੁੰਦੇ ਹੋ ਕਿੰਨੇ ਡਿਪਾਰਟਮੈਂਟ ਤੁਹਾਨੂੰ ਉੱਪਰ ਦਿਖਾਏ ਹੈਗੇ ਆ ਤਾਂ ਤੁਸੀਂ ਬੀਏ ਤੁਹਾਡੀ ਪਾਸ ਹੋਣੀ ਚਾਹੀਦੀ ਹੈ ਤੁਹਾਡੇ ਕੋਲੇ 120 ਘੰਟਿਆਂ ਵਾਲਾ ISO ਕੰਪਿਊਟਰ ਸਰਟੀਫਿਕੇਟ ਹੋਣਾ ਚਾਹੀਦਾ ਤਾਂ ਇਸ ਪੋਸਟ ਲਈ ਤੁਸੀਂ ਬਿਲਕੁਲ 100% ਐਲੀਜੀਬਲ ਹੈਗੇ ਹੋ ਤਾਂ ਇਹ ਸਰਟੀਫਿਕੇਟ ਇਸ ਪੋਸਟ ਦੀ ਲਾਸਟ ਡੇਟ ਦੀ ਅਪਲਾਈ ਤੋਂ ਪਹਿਲਾਂ ਦੇ ਹੋਣੇ ਚਾਹੀਦੇ ਆ ਤਾਂ ਜੇਕਰ ਤੁਹਾਡੇ ਕੋਲੇ ISU ਸਰਟੀਫਿਕੇਟ 120 ਘੰਟਿਆਂ ਵਾਲਾ ਨਹੀਂ ਹੈ ਤਾਂ ਤੁਹਾਡਾ O level ਦਾ ਕੰਪਿਊਟਰ ਸਰਟੀਫਿਕੇਟ ਵੀ ਚੱਲ ਜਾਏਗਾ ਤਾਂ ਇਸ ਦੇ ਵਿੱਚ ਜਦੋਂ ਤੁਸੀਂ ਇਹ ਟੈਸਟ ਇਸ ਯੋਗਤਾ ਦੇ ਨਾਲ ਤੁਹਾਨੂੰ ਹੋਰ ਕੀ ਯੋਗਤਾ ਚਾਹੀਦੀ ਹੈ ਤਾਂ ਤੁਹਾਡੇ ਕੋਲੇ ਪੰਜਾਬੀ ਟਾਈਪਿੰਗ ਤੇ ਇੰਗਲਿਸ਼ ਟਾਈਪਿੰਗ ਦਾ ਜਿਹੜਾ ਕੰਪਿਊਟਰ ਤੇ ਸਪੀਡ 30 ਵਰਡ ਪਰ ਮਿੰਟ ਦੀ ਹੋਣੀ ਚਾਹੀਦੀ ਹੈ ਰਾਵੀ ਫੌਂਟ ਦੇ ਵਿੱਚ ਠੀਕ ਹੈ ਇਹ ਦੋ ਗੱਲਾਂ ਬਹੁਤ ਜ਼ਰੂਰੀ ਹੈਗੀਆਂ ਚਲੋ ਜੀ ਨੈਕਸਟ ਜਿਹੜੀ ਕਲਰਕ ਆਈਟੀ ਪੋਸਟ ਸੀ ਉਹਦੇ ਵਿੱਚ ਵਿਦਿਅਕ ਯੋਗਤਾ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ ਦੇਖੋ ਇਹਦੇ ਵਿੱਚ ਡੈਰੀ ਭਾਗ ਤੇ ਅਸਾਮੀਆਂ ਰੱਖੀਆਂ ਗਈਆਂ ਜਿਹੜੀਆਂ ਨੰਬਰ 1 ਤੇ ਜ਼ਿਕਰ ਦੇਖਿਆ ਜਾਵੇ ਤਾਂ ਉਹਦੇ ਵਿੱਚ ਦੇਖੋ ਜਿਹੜੀ ਕਲਰਕ ਦੀਆਂ ਜਿੰਨੀਆਂ ਪੋਸਟਾਂ 704 ਉਹਦੇ ਵਿੱਚ ਸਿਰਫ ਸੇਮ ਹੀ ਜਿੰਨੇ ਡਿਪਾਰਟਮੈਂਟ ਦੇ ਸਾਰੇ ਡਿਪਾਰਟਮੈਂਟਸ ਦੇ ਵਾਸਤੇ ਸੇਮ ਹੀ ਕੁਆਲੀਫਿਕੇਸ਼ਨ ਚਾਹੀਦੀ ਹੈ ਸੇਮ ਕੁਆਲੀਫਿਕੇਸ਼ਨ ਕੀ ਹੈ ਤੁਸੀਂ ਬੀਏ ਪਾਸ ਹੋ ਗਏ ਹੋ ਔਰ ਪੀਏ ਪਾਸ ਹੋਣੇ ਚਾਹੀਦੇ ਹੋ ਕੰਪਿਊਟਰ ਦਾ ਆਈਐਸਓ ਹੋਣਾ ਚਾਹੀਦਾ ਤੁਹਾਡੇ ਕੋਲੇ ਠੀਕ ਹੈ 120 ਘੰਟਿਆਂ ਵਾਲਾ ਜੇ ਕੰਪਿਊਟਰ ਦਾ ਆਈਐਸਓ ਨਹੀਂ ਹੈਗਾ ਤਾਂ ਓ ਲੈਵਲ ਵਾਲਾ ਹੋਣਾ ਚਾਹੀਦਾ ਤਾਂ ਤੁਸੀਂ ਕਲਰਕ ਦੀਆਂ 704 ਪੋਸਟਾਂ ਭਰ ਸਕਦੇ ਹੋ ਚੁੱਪ ਕਰਕੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਹੁਣ ਗੱਲ ਹੈਗੀ ਅਗਲੀ ਪੋਸਟ ਜਿਹੜੀ ਅਗਲੇ ਡਿਪਾਰਟਮੈਂਟ ਦੀ ਗੱਲ ਹੈ ਕਲਰਕ ਆਈਟੀ ਦੀ ਇਹਦੇ ਵਿੱਚ ਜਿਹੜੇ ਵੱਖ-ਵੱਖ ਡਿਪਾਰਟਮੈਂਟ ਦੀਆਂ ਪੋਸਟਾਂ ਤਾਂ ਉਹਦਾ ਅਲੱਗ ਲੱਗੇ ਜਿਵੇਂ ਡੈਰੀ ਪਾਰਕ ਦੀਆਂ ਜਿਹੜੀਆਂ ਪੋਸਟਾਂ ਦੱਸਿਆ ਸੀ ਕਲਰਕ ਆਈਟੀ ਦੇ ਵਿੱਚ ਤਾਂ ਉਹਨਾਂ ਦੇ ਵਾਸਤੇ ਤੁਹਾਡੇ ਕੋਲ ਡਿਗਰੀ ਵੈਂਚੂਲਰ ਇੰਜੀਨੀਅਰ ਵਿੱਚ ਹੈਗੀ ਹੈ ਜਾਂ ਟੈਕਨਿਕ ਟੈਕਨੀਕਲ ਇਨਫੋਰਮੇਸ਼ਨ ਚ ਹੈਗੀ ਹੈ ਡਿਗਰੀ ਜਾਂ ਇਨ ਚਾਰੇ ਸਟਰੀਮਾਂ ਚੋ ਕਿਸੇ ਦੇ ਵਿੱਚ ਵੀ ਤੁਹਾਡੇ ਕੋਲ ਡਿਗਰੀ ਹੈਗੀ ਆ ਤਾਂ ਇਹ ਪੋਸਟ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਜੇ ਇਹ ਚਾਰੇ ਸਟਰੀਮਾਂ ਦੇ ਵਾਲੀ ਡਿਗਰੀ ਨਹੀਂ ਤੁਹਾਡੇ ਕੋਲ ਤੁਹਾਡੇ ਕੋਲੇ ਮਾਸਟਰ ਡਿਗਰੀ ਨੇ ਕੰਪਿਊਟਰ ਐਪਲੀਕੇਸ਼ਨ ਚ ਹੈਗੀ ਤਾਂ ਵੀ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਔਰ ਇਸ ਦੇ ਨਾਲ ਹੋਰ ਕੀ एलिਜੀਬਿਲਟੀ ਰੱਖੀ ਗਿਆ ਤਾਂ ਉਹੀ ਸੇਮ ਹੈਗੀ ਹੈ ਪੰਜਾਬੀ ਟਾਈਪਿੰਗ ਔਰ ਇੰਗਲਿਸ਼ ਟਾਈਪਿੰਗ ਜਿਹੜੀ 30 ਵਰਡ ਪਰ ਮਿੰਟ ਦੀ ਸਪੀਡ ਨਾਲ ਇੱਥੇ ਤੁਹਾਡਾ ਕੰਪਿਊਟਰ ਟੈਸਟ ਵੀ ਇਹਦੇ ਵਿੱਚ ਰੱਖਿਆ ਗਿਆ ਚਲੋ ਹੁਣ ਕਲਰਕ ਆਈਟੀ ਦੇ ਵਿੱਚ ਜਿਹੜੀ ਇੱਕ ਹੋਰ ਪੋਸਟ ਦੱਸੀ ਸੀ ਤੁਹਾਨੂੰ ਆਪਕਾਰੀ ਭਾਗ ਦੀ ਤਾਂ ਇਹਦੇ ਵਿੱਚ ਵੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਕਿਸ ਚੀਜ਼ ਚ ਹੋਣੀ ਚਾਹੀਦੀ ਹੈ ਜੇਕਰ ਕੰਪਿਊਟਰ ਐਪਲੀਕੇਸ਼ਨ ਚ ਤਾਂ ਵੀ ਚੱਲ ਜਾਏਗਾ ਇਨਫਰਮ ਟੈਕਨੋਲੋਜੀ ਚ ਤਾਂ ਵੀ ਹੈ ਕੰਪਿਊਟਰ ਇੰਜੀਨੀਅਰ ਚ ਕੀਤੀ ਹੈ ਚੱਲ ਜਾਏਗਾ ਕੰਪਿਊਟਰ ਟੈਕਨੀਕਲ ਦੇ ਵਿੱਚ ਟੈਕਨੋਲੋਜੀ ਦੇ ਵਿੱਚ ਕੀਤੀ ਹੈ ਚੱਲ ਜਾਏਗਾ ਠੀਕ ਹੈ ਤਾਂ ਇਹਦੇ ਵਿੱਚ ਇਹ ਚਾਰ ਤਰ੍ਹਾਂ ਦੀ ਜਿਹੜੀ ਗ੍ਰੈਜੂਏਸ਼ਨ ਦੀ ਤੁਹਾਨੂੰ ਇੱਥੇ ਆਪਸ਼ਨ ਦਿੱਤੀ ਗਈ ਹੈ ਇਹਨਾਂ ਚੋਂ ਕਿਸੇ ਵੀ ਫੀਲਡ ਦੇ ਵਿੱਚ ਗ੍ਰੈਜੂਏਸ਼ਨ ਹੈਗੀ ਹੈ ਤਾਂ ਤੁਸੀਂ ਇਸ ਪੋਸਟ ਲਈ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਯੋਗਤਾ ਹੈਗੀ ਹੈ ਤਾਂ ਅਪਲਾਈ ਕਰ ਸਕਦੇ ਹੋ ਔਰ ਉਸ ਤੋਂ ਬਾਅਦ ਪੰਜਾਬੀ ਤੇ ਇੰਗਲਿਸ਼ ਟਾਈਪਿੰਗ ਟੈਸਟ ਜਿਹੜਾ 30 ਵਰਡ ਪਰ ਮਿੰਟ ਦੇ ਇਸ ਦੇ ਵਿੱਚ ਵੀ ਰੱਖਿਆ ਗਿਆ ਕਲਰਕ ਆਈਟੀ ਦੀ ਪੋਸਟ ਦੇ ਵਿੱਚ ਵੀ ਰੱਖਿਆ ਗਿਆ ਹੈ ਚਲੋ ਜੀ ਅੱਗੇ ਅਕੋਰਡੈਂਸ ਦੀ ਪੋਸਟ ਹੈਗੀ ਹੈ ਤਾਂ ਇਸ ਵਾਰ ਇਹ ਗੱਲ ਕਰ ਲਈਏ ਇਸ ਦੇ ਵਿੱਚ ਜਿਹੜਾ ਦੋ ਭਾਗਾਂ ਦੀ ਲਗਭਗ ਪੋਸਟਾਂ ਤਿਆਗੀਆਂ ਵਿਗਿਆਨ ਤਕਨੀਕ ਅਤੇ ਸਬਾਤਾਵਨ ਭਾਗ ਦੀ ਪੋਸਟ ਹੈਗੀ ਹੈ ਤਾਂ ਇਹਦੇ ਵਾਸਤੇ ਕੀ ਚਾਹੀਦਾ ਤੁਹਾਨੂੰ ਐਟ ਲੀਸਟ ਸੈਕੰਡ ਕਲਾਸ ਬੈਂਚੂਅਲ ਡਿਗਰੀ ਕਮਰਸ ਦੇ ਵਿੱਚ ਪਾਸ ਹੋਣੀ ਚਾਹੀਦੀ ਘੱਟੋ ਘੱਟ ਸੈਕੰਡ ਕਲਾਸ ਦੇ ਵਿੱਚ ਤੁਸੀਂ ਕਮਰਸ ਦੇ ਵਿੱਚ ਡਿਗਰੀ ਪਾਸ ਹੋਣੀ ਚਾਹੀਦੀ ਹੈ ਠੀਕ ਹੈ 2 ਇਅਰ ਵਰਕਿੰਗ ਐਕਸਪੀਰੀਅੰਸ ਇਸ ਦੇ ਵਿੱਚ ਰੱਖਿਆ ਗਿਆ ਠੀਕ ਹੈ ਕੰਪਿਊਟਰ ਪ੍ਰੀਫਰੈਂਸ ਵਿਲ ਬੀ ਗਿਵਨ ਟੂ ਪਰਸਨ ਹੈਵਿੰਗ ਐਕਸਪੀਰੀਅੰਸ ਇਨ ਦਾ ਕੰਟੈਂਟਸ ਵਰਕ ਇਨ ਦਾ ਗਵਰਨਮੈਂਟ ਡਿਪਾਰਟਮੈਂਟ ਪਬਲਿਕ ਸੈਕਟਰ ਜਾਂ ਅੰਡਰਟੇਕਿੰਗ ਅ ਲੀਗਲ ਇੰਡਸਟਰੀ ਹਾਊਸ ਤੇ ਜੇਕਰ ਤੁਹਾਡੇ ਕੋਲ ਕੋਈ ਕੰਪਿਊਟਰ ਦਾ ਕਿਤੇ ਵੀ ਐਕਸਪੀਰੀਅੰਸ ਹੈਗਾ ਤਾਂ ਇਸ ਦੇ ਵਿੱਚ ਕਮਰਸ ਦੇ ਵਿੱਚ ਤਾਂ ਤੁਹਾਨੂੰ ਉਸ ਦੀ ਪ੍ਰੀਫਰੈਂਸ ਦਿੱਤਾ ਜਾਊਗਾ ਨੌਲੇਜ ਕੰਪਿਊਟਰ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਕਿਉਂਕਿ ਪਤਾ ਹੀ ਆਪਾਂ ਨੂੰ ਡਿਗਰੀ ਇਨ ਕਮਰਸ ਦੇ ਵਿੱਚ ਹੈਗੀ ਹੈ ਤਾਂ ਉਸ ਤੋਂ ਬਾਅਦ ਕੋਰਸ 6 ਮੰਥ ਡਿਊਰੇਸ਼ਨ ਜਿਹੜਾ ਕੋਰਸ ਆ ਤੁਹਾਡਾ ਉਹ 6 ਮੰਥ ਡਿਊਰੇਸ਼ਨ ਹੋਣਾ ਚਾਹੀਦਾ ਕਹਿੰਦਾ ਮੈਂ ਜਿਹੜੇ ਵੀ ਤੁਸੀਂ ਕਿਤੇ ਐਕਸਪੀਰੀਅੰਸ ਲੈ ਰਹੇ ਹੋ ਉਸ ਤੋਂ ਬਾਅਦ ਕਲਰਕ ਦੇ ਵਿੱਚ ਜਿਹੜੀ ਕਲਾ ਸੌਰੀ ਅਕਾਊਂਟੈਂਟਸ ਦੇ ਵਿੱਚ ਜਿਹੜੀ ਪੋਸਟ ਹੈ ਤਾਂ ਇਹਦੇ ਵਿੱਚ ਅਗਲੀ ਪੋਸਟ ਆਪਕਾਰੀ ਭਾਗ ਦੀ ਇਹਦੇ ਵਿੱਚ ਡਿਗਰੀ ਕਮਰਸ ਚ ਹੋਣੀ ਚਾਹੀਦੀ ਹੈ ਇੰਗਲਿਸ਼ ਟਾਈਪਿੰਗ ਪੰਜਾਬੀ ਤੇ ਪਰਮੈਂਟ ਜਿਹੜਾ ਸ਼ਬਦ ਸ਼ਬਦ ਆਪਾਂ ਕਹ ਲਈ ਸਪੀਡ ਹੋਣੀ ਚਾਹੀਦੀ ਹੈ ਇਹ ਤੁਹਾਡੀ ਪੋਸਟ ਹੈਗੀ ਹੈ ਠੀਕ ਹੈ ਸੋ ਇਹ ਗੱਲ ਹੋ ਗਈ ਸੀ ਪੋਸਟਾਂ ਦੀ ਕੁਆਲਿਫੀਕੇਸ਼ਨ ਤੁਹਾਡੇ ਨਾਲ ਬਿਲਕੁਲ ਕਲੀਅਰ ਕਰ ਲਈ ਤੁਹਾਡੇ ਲਈ ਤਨਖਾਹ ਕਲੀਅਰ ਕਰਤੀ ਠੀਕ ਹੈ ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਸੀ ਕਲੀਅਰ ਹੋ ਗਈਆਂ ਇੱਥੇ ਤੱਕ ਤੁਸੀਂ ਹਲੇ ਖਤਮ ਨਹੀਂ ਹੁੰਦਾ ਜੇਕਰ ਤੁਸੀਂ ਗਵਰਨਮੈਂਟ ਜੌਬ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਹੋਰ ਵੀ ਜਿਹੜੀਆਂ ਇੱਕ ਇੱਕ ਚੀਜ਼ ਦੀ ਨੋਟ ਕਰਨਾ ਪੈਂਦਾ ਤਾਂ ਬਾਅਦ ਦੇ ਵਿੱਚ ਤੁਹਾਨੂੰ ਪਛਤਾਉਣਾ ਨਾ ਪਵੇ ਜਨਰਲ ਕੈਟਾਗਰੀ ਲਈ ਜਿਹੜੀ ਉਮਰ 18 ਤੋਂ 37 ਸਾਲ ਰੱਖੀ ਗਈ ਹੈ ਜੇਕਰ ਕੋਈ ਜਨਰਲ ਕੈਟਾਗਰੀ ਵਾਲਾ ਵਿਅਕਤੀ ਇਸ ਤੋਂ ਵੱਧ ਦੇ ਜਦਾ 37 ਸਾਲ ਤੋਂ ਇੱਕ ਦਿਨ ਵੀ ਉਸ ਦਾ ਜ਼ਿਆਦਾ ਇਸ ਪੋਸਟ ਨੂੰ ਅਪਲਾਈ ਨਹੀਂ ਕਰ ਸਕਦਾ ਇੱਥੇ ਇਹ ਚੀਜ਼ ਲਿਖਿਆ ਕਿ ਇੱਕ ਇੱਕ 2022 ਦੇ ਅਨੁਸਾਰ ਹੋਣੀ ਚਾਹੀਦੀ ਹੈ ਤੋ ਡੀ ਮੰਨ ਲਓ 37 ਸਾਲ ਉਮਰ ਹੈ ਜੇਕਰ 1 1 2022 ਦੇ ਵਿੱਚ ਤੁਹਾਡੀ ਲਾਸਟ ਦਿਨ ਤੇ ਵੀ 37 ਸਾਲ ਉਮਰ ਬਣਦੀ ਹੈ ਤਾਂ ਤੁਸੀਂ ਭਰ ਸਕਦੇ ਹੋ ਠੀਕ ਹੈ ਇਸ ਚੀਜ਼ ਨੂੰ ਧਿਆਨ ਚ ਰੱਖਿਓ ਅਨੁਸੂਚਿਤ ਜਾਤੀ ਜਿਹੜੀਆਂ ਐਸ்சி ਬੀਸੀ ਸ਼੍ਰੇਣੀਆਂ ਨੇ ਤਾਂ ਉਹਨਾਂ ਵਾਸਤੇ 42 ਸਾਲ ਰੱਖੀ ਗਈ ਹੈ ਉਹਨਾਂ ਨੂੰ 5 ਸਾਲ ਦੀ ਛੋਟ ਦਿੱਤੀ ਗਈ ਹੈ ਇਸ ਤੋਂ ਬਾਅਦ ਜਿਹੜੇ ਕਰਮਚਾਰੀ ਹੁੰਦੇ ਆ ਦੂਸਰੇ ਅ ਰਾਜ ਦੇ ਜਾਂ ਕੇਂਦਰ ਸਰਕਾਰ ਦੇ ਠੀਕ ਹੈ ਸਾਬਕਾ ਆਪਾਂ ਕੇ ਲਈ ਮੁਲਾਜ਼ਮ ਹੁੰਦੇ ਆ ਤਾਂ ਉਹਨਾਂ ਨੂੰ 45 ਸਾਲ ਤੱਕ ਉਮਰ ਹੱਦ ਦੀ ਛੋਟ ਦਿੱਤੀ ਗਈ ਹੈ ਠੀਕ ਹੈ ਜੀ ਅੰਗਹੀਣ ਵਾਸਤੇ 10 ਸਾਲ ਦੀ ਛੋਟ ਦਿੱਤੀ ਗਈ ਹੈ 47 ਸਾਲ ਤੱਕ ਉਹ ਅਪਲਾਈ ਕਰ ਸਕਦੇ ਆ ਚਲੋ ਜੀ ਅਗਲਾ ਨੈਕਸਟ ਨੈਕਸਟ ਜਿਹੜੀ ਮੇਨ ਚੀਜ਼ ਹੈਗੀ ਹੈ ਫੀਸ ਸਭ ਤੋਂ ਵੱਡੀ ਇਹ ਵੀ ਸਟੂਡੈਂਟ ਚ ਪ੍ਰੋਬਲਮ ਹੁੰਦੀ ਹੈ ਕਿ ਅਸੀਂ ਫੀਸ ਕਿੱਥੋਂ ਭਰਾਂਗੇ ਪਰ ਇੱਥੇ ਆਮ ਵਰਗ ਜਨਰਲ ਸਤੰਤਰਤਾ ਸੰਗਰਾਮੀ ਜਾਂ ਖਿਡਿਆਰੀ ਉਹਨਾਂ ਲਈ 1000 ਫੀਸ ਰੱਖੀ ਗਈ ਹੈ ਐਸੀਬੀਸੀ ਲਈ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਈਡਬਲਯੂਐਸ ਦੇ ਲਈ ਇਕਨੋਮਿਕਲ ਵੀਕਰ ਸੈਕਸ਼ਨ ਦੇ ਵਿੱਚ ਜਿਹੜੀ ਪੋਸਟ ਦੇ ਫੀਸ ਰੱਖੀ ਗਈ ਹੈ ਉਹ ਰਹੀ ਹੈ 250 ਔਰ ਸਾਬਕਾ ਫੌਜੀ ਤੇ ਆਸ਼ਰੇ ਤੇ ਜਾਂ ਸੈਲਫ ਐਂਡ ਪੈਂਡਮ ਜਿਹਨੂੰ ਆਪਾਂ ਬੋਲਦੇ ਆ ਤਾਂ ਉਹਨਾਂ ਲਈ 200 ਹੈਗੀ ਆ ਔਰ ਹੈਂਡੀਕੈਪਟਡ ਦੇ ਲਈ ਜਿਹੜੀ ਫੀਸ ਹੈਗੀ 500 ਰੱਖੀ ਗਈ ਹੈ ਔਰ ਇੱਕ ਵਾਰ ਫੀਸ ਭਰਨ ਤੇ ਵਾਪਸ ਨਹੀਂ ਕੀਤੀ ਗਈ ਇਥੇ ਸਪੈਸ਼ਲ ਲਿਖਿਆ ਗਿਆ ਔਰ ਚੋਣ ਕਿਵੇਂ ਹੋਏਗੀ ਸਿਲੈਕਸ਼ਨ ਤੁਹਾਡੀ ਕਿਵੇਂ ਹੋਗੀ ਅਬਜੈਕਟਿਵ ਟਾਈਪ ਟੈਸਟ ਲਿਆ ਜਾਏਗਾ ਠੀਕ ਹੈ ਉਸ ਦਾ ਸਲੀਪਸ ਜਲਦੀ ਇਹਨਾਂ ਦੇ ਬਾਅਦ ਭਾਗ ਦੁਆਰਾ ਪਾ ਦਿੱਤਾ ਜਾਏਗਾ ਤੇ ਉਹ ਸਲੀਪਸ ਅਰਨਲ ਡਿਸਕਸ ਕਰਾਂਗੇ ਚੈਨਲ ਤੇ ਬਨੇ ਰਹੋ ਤੇ ਇਸ ਤੋਂ ਬਾਅਦ ਇਹ ਤੁਹਾਨੂੰ ਆਪਾਂ ਗੱਲ ਕਰ ਚੁੱਕੇ ਹਾਂ ਕੰਪਿਊਟਰ ਸਪੀਡ ਟੈਸਟ ਜਿਹੜਾ ਕਿਨੇ ਕਿਨੇ ਪੋਸਟਾਂ 'ਚ ਹੋਏਗਾ ਇਹ ਤੁਸੀਂ ਜ਼ਰੂਰ ਨੋਟ ਕਰ ਲਿਓ ਠੀਕ ਹੈ ਰਾਵੀ ਫੌਂਟ ਤੇ ਇਹਦੇ ਵਿੱਚ ਜਿਹੜਾ ਹੋਏਗਾ ਕਾਮਨ ਮੈਟਰੀਅਲ ਲਿਸਟ ਬਣੇਗੀ ਕਾਮਨ ਮੈਟਰੀਅਲ ਲਿਸਟ ਪਹਿਲੇ ਟੈਸਟ ਦੀ ਬਣੇਗੀ ਜੇਕਰ ਕਿਸ ਦੀ ਉਮਰ ਬਰਾਬਰ ਹੈ ਤਾਂ ਫਿਰ ਜਿਹੜਾ ਵੱਧ ਉਮਰ ਵਾਲਾ ਉਸ ਨੂੰ ਅ ਪਹਿਲ ਦਿੱਤੀ ਗਈ ਜੇਕਰ ਅੱਗੇ ਦੋ ਜ ਤਾਂ ਫਿਰ ਉਹਨਾਂ ਦੀ ਅੱਗੇ ਨਿਚਲੀ ਕੁਆਲੀਫਿਕੇਸ਼ਨ ਹੈ ਜਿਹੜੀ 10ਵੀਂ ਪੱਧਰ ਦੀ ਉਹ ਦੇਖ ਲਈ ਜਾਏਗੀ ਠੀਕ ਹੈ ਇਸ ਤਰ੍ਹਾਂ نیچے-नीचे ਜਿਹੜਾ ਅੱਗੇ ਮਿਲਾਇਆ ਜਾਏਗਾ ਕੰਟੀਨਿਊ ਕਰਾਇਆ ਜਾਏਗਾ ਹੁਣ ਅੱਗੇ ਦੇਖਦੇ ਹਾਂ ਕਿ ਇਹ ਇਹਨਾਂ ਦੀ ਵੈਬਸਾਈਟ ਰਹੇਗੀ ਔਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਦੇ ਜਿਹੜੀ ਕਲਰਕ ਦੀ ਪੋਸਟ ਹੈ ਆਨਲਾਈਨ ਅਪਲਾਈ ਕਰਨ ਦੀ ਜਿਹੜਾ ਪੂਰਾ ਫੁੱਲ ਪ੍ਰੋਸੈਸ ਪੂਰੀ ਵੀਡੀਓ ਤੁਸੀਂ ਚਾਹੁੰਦੇ ਹੋ ਤਾਂ ਕਮੈਂਟ ਕਰ ਦਿਓ ਜੇਕਰ 100 ਵਿਅਕਤੀ 100 ਸਟੂਡੈਂਟ ਕਮੈਂਟ ਕਰਦਾ ਹੈਗਾ ਵੀਡੀਓ ਘਰੇ ਤੁਸੀਂ ਫੋਨ ਤੇ ਕਿਵੇਂ ਅਪਲਾਈ ਕਰ ਸਕਦੇ ਹੋ ਕਿਵੇਂ ਫੋਟੋ ਅਪਲੋਡ ਕਰ ਸਕਦੇ ਹੋ ਕਿਵੇਂ ਸਾਈਨ ਅਪਲੋਡ ਕਰ ਸਕਦੇ ਹੋ ਸਾਰਾ ਪੂਰਾ ਪ੍ਰੋਸੈਸ ਲੈਪਟਾਪ ਜਿਹਨਾਂ ਕੋਲ ਹੈ ਘਰੇ ਹੈਗਾ ਜੇ ਤੁਸੀਂ ਘਰੇ ਹੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਉਹ ਪੂਰੀ ਵੀਡੀਓ ਮੈਂ ਤੁਹਾਨੂੰ ਬਣਾ ਕੇ ਭੇਜ ਦਾਂਗਾ ਕਿਸ ਤਰ੍ਹਾਂ ਅਪਲਾਈ ਕਰਨਾ ਹੈਗਾ ਤਾਂ ਤੁਸੀਂ ਉਹ ਕਮੈਂਟ ਵੀ ਜਰੂਰ ਕਰ ਦਿਓ ਔਰ ਇਸ ਦੇ ਵਿੱਚ ਬਾਕੀ ਹੋਰ ਕੋਈ ਚੀਜ਼ ਜ਼ਿਆਦਾ ਨਹੀਂ ਹੈਗੀ ਠੀਕ ਹੈ ਅਪਲਾਈ ਕਰਨ ਦੀ ਵਿਧੀ ਤੁਹਾਨੂੰ ਪਤਾ ਹੀ ਹੈ ਲਾਸਟ ਡੇਟ ਦੀ ਆਪਾਂ ਗੱਲ ਕਰ ਲਈਏ ਸਭ ਤੋਂ ਪਹਿਲਾਂ ਮੇਨ ਚੀਜ਼ ਇਹ ਹੀ ਹੁੰਦੀ ਹੈ ਠੀਕ ਹੈ ਤੁਹਾਨੂੰ ਦੱਸ ਹੀ ਚੁੱਕੀਆਂ ਲਾਸਟ ਡੇਟ ਜਿਹੜੀ ਹੈਗੀ ਇਸ ਦੀ ਸਟਾਰਟਿੰਗ ਦੇ ਵਿੱਚ ਹੀ ਲਿਖ ਦਿੱਤੀ ਸੀ ਇਹਨਾਂ ਨੇ ਇਹ ਸਾਮੀਆਂ ਜਿਹੜੀਆਂ ਲਾਸਟ ਡੇਟ ਹੈ 29/7/2022 ਸ਼ਾਮ 5:00 ਵਜੇ ਤੱਕ ਤੁਸੀਂ ਇਹਨਾਂ ਨੂੰ ਭਰ ਸਕਦੇ ਹੋ ਸਬਮਿਟ ਕਰਨ ਦੀ ਔਰ ਫੀਸ ਜਿਹੜੀ 28 ਤੱਕ ਕਰ ਸਕਦੇ ਹੋ ਠੀਕ ਹੈ ਜੀ ਇਸ ਚੀਜ਼ ਨੂੰ ਨੋਟ ਰੱਖਿਓ ਵੈਸੇ ਪੋਸਟਾਂ 296 ਦਾ ਨੋਟਿਸ ਹੈਗਾ ਪਰ ਇਹ ਬਾਅਦ ਦੇ ਵਿੱਚ ਜਿਹੜਾ ਅ ਅਪਡੇਟ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਤਾਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਬਾਰੇ ਜਾਣਕਾਰੀ ਆਪਣੇ ਚੈਨਲ ਤੇ ਮਿਲਦੀ ਰਹਿੰਦੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਪੀਐਸਟੈਟ ਐਗਜ਼ਾਮ ਹੋਵੇ ਤੁਹਾਡਾ ਚਾਹੇ ਠੀਕ ਹੈ ਪੀਐਸਟੈਟ ਮਾਸਟਰ ਦਾ ਕੋਈ ਵੀ ਐਗਜ਼ਾਮ ਹੈ ਟੀਚਿੰਗ ਦੇ ਵਿੱਚ ਈਟੀਟੀ ਦਾ ਹੋਵੇ ਠੀਕ ਹੈ ਐਂਟੀਟੀ ਦੀਆਂ ਆਉਣ ਵਾਲੀਆਂ ਪੋਸਟਾਂ 9594 ਈਟੀਟੀ ਦੀਆਂ ਆਉਣ ਵਾਲੀਆਂ ਹੈਗੀਆਂ ਐਂਟੀਟੀ ਦੀਆਂ 83 8300 ਆਉਣ ਵਾਲੀ ਹੈਗੀ ਹੈ ਔਰ ਪੰਜਾਬ ਪੁਲਿਸ ਦੀ 10000 ਪੋਸਟ ਆਉਣ ਵਾਲੀ ਹੈਗੀ ਹੈ ਠੀਕ ਹੈ ਹੋਰ ਕਾਫੀ ਜ਼ਿਆਦਾ ਜਿਹੜੇ ਪੋਸਟਾਂ ਦੇ ਢੇਰ ਲੱਗਣ ਜਾ ਰਹੇ ਹੈ ਤਾਂ ਹਰ ਇੱਕ ਪੋਸਟ ਦੀ ਤਿਆਰੀ ਵੀ ਕਰਾਈ ਜੂ ਫ੍ਰੀ ਕਲਾਸਾਂ ਵਾਲੀ ਪੇਡ ਕਲਾਸਾਂ ਨਹੀਂ ਤਾਂ ਚੈਨਲ ਨਾਲ ਜੁੜੇ ਰਹੋ ਔਰ ਵਧੀਆ ਲੱਗਿਆ ਔਰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਕਿਉਂਕਿ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਮੈਂ ਬੜੀ ਮਿਹਨਤ ਕੀਤੀ ਹੈ ਔਰ ਇਹ ਨਹੀਂ ਹੈਗਾ ਕਿ ਤੁਹਾਡੇ ਨਾਲ ਬੈਸੀ 2-4 ਮਿੰਟ ਦੀ ਵੀਡੀਓ ਬਣਾ ਕੇ ਛੋਟੀਆਂ ਚੀਜ਼ਾਂ ਦੱਸ ਕੇ ਇਕ ਫਹਾਜਾ ਬੜ ਦਿੱਤਾ ਜਾਵੇ ਸੋ ਨੂੰ ਕੱਲੀ ਕੱਲੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਔਰ ਕਿਤੇ ਵੀ ਮਿਸਟੇਕ ਹੋਈ ਆ ਤਾਂ ਉਸ ਲਈ ਮਾਫੀ ਮੰਗਦੇ ਆ ਸੋ ਸ਼ੇਅਰ ਕਰੋ ਲਾਈਕ ਕਰੋ ਮਿਲਾਂਗੇ ਨੈਕਸਟ ਕਿਸੇ ਹੋਰ ਵੀਡੀਓ ਦੇ ਵਿੱਚ ਹੋਰ ਪੋਸਟ ਦੇ ਵਿੱਚ ਬਾਏ ਬਾਏ ਟਿਕ